ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਆਖਿਰ ਏਟੀਐਮ ਚੋਂ ਆਪਣੇ ਆਪ ਕਿੱਦਾਂ ਨਿਕਲ ਗਏ 16,000 ਰੁਪਏ ਤੇ ਆਪਣਾ ਹੀ ਪੈਸਾ ਵਾਪਸ ਲੈਣ ਲਈ ਕਿਉਂ ਧੱਕੇ ਖਾਣੇ ਪੈ ਰਹੇ ਨੇ ਇਸ ਕੁੜੀ ਨੂੰ? ਕੀ ਬੈਂਕ ਧੋਖੇਬਾਜ਼ ਹੈ ਜਾਂ ਏਟੀਐਮ ਦਾ ਠੇਕਾ ਲੈਣ ਵਾਲੀ ਕੰਪਨੀ? ਕਿ ਸਰਕਾਰੀ ਬੈਂਕਾਂ ਦੇ ਵਿੱਚ ਜੇ ਇਹੀ ਹਾਲ ਰਿਹਾ ਤਾਂ ਫਿਰ ਲੋਕੀ ਪ੍ਰਾਈਵੇਟ ਬੈਂਕਾਂ ਨੂੰ ਹੀ ਮੂਵ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਚਾਹੇ ਅਸੀਂ ਅੱਜ ਡਿਜੀਟਲ ਇੰਡੀਆ ਦੇ ਗੁਣਗਾਨ ਬੜੇ ਜ਼ੋਰਾਂ ਸ਼ੋਰਾਂ ਨਾਲ ਕਰ ਰਹੇ ਹਾਂ, ਪਰ ਅਸੀਂ ਜਿੰਨੇ ਮਰਜ਼ੀ ਡਿਜੀਟਲ ਕਿਉਂ ਨਾ ਹੋ ਜਾਈਏ, ਪਰ ਹਕੀਕਤ ਤੋਂ ਹਰ ਕੋਈ ਵਾਕਿਫ ਹੈ ਕਿ ਅਸਲ ਡਿਜੀਟਲ ਇੰਡੀਆ ਹੋਇਆ ਹੈ ਜਾਂ ਨਹੀਂ ਹੋਇਆ। ਕੁਝ ਦਹਾਕਿਆਂ ਪਹਿਲਾਂ ਤੋਂ ਬੈਂਕਾਂ ਦਾ ਕੰਮ ਆਸਾਨ ਕਰਨ ਵਾਸਤੇ ਏਟੀਐਮ ਮਸ਼ੀਨਾਂ ਇਜਾਦ ਕੀਤੀਆਂ ਗਈਆਂ ਅਤੇ 24 ਘੰਟਿਆਂ ਵਿੱਚ ਕਦੇ ਵੀ ਤੁਸੀਂ ਅਗਰ ਪੈਸਾ ਕਢਵਾਉਣਾ ਚਾਹੋ ਆਪਣੇ ਖਾਤੇ ਦੇ ਵਿੱਚੋਂ ਤਾਂ ਏਟੀਐਮ ਮਸ਼ੀਨ ਤੇ ਜਾ ਕੇ ਆਸਾਨੀ ਦੇ ਨਾਲ ਪੈਸਾ ਕਢਵਾ ਸਕਦੇ ਹੋ। ਪਰ ਕਈ ਵਾਰ 24 ਘੰਟੇ ਤੁਹਾਨੂੰ ਸਹੂਲਤ ਦਿੰਦੀ ਇਹ ਮਸ਼ੀਨ ਤੁਹਾਡੇ ਵਾਸਤੇ ਇੱਕ ਵੱਡਾ ਸਿਰਦਰਦ ਵੀ ਬਣ ਸਕਦੀ ਹੈ। ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਕਈ ਵਾਰ ਅਸੀਂ ਏਟੀਐਮ ਤੋਂ ਕੈਸ਼ ਕਢਵਾਉਣ ਵਾਸਤੇ ਜਾਂਦੇ ਹਾਂ ਪਰ ਕੈਸ਼ ਨਹੀਂ ਨਿਕਲਦਾ, ਪਰ ਸਾਨੂੰ ਮੈਸੇਜ ਜ਼ਰੂਰ ਆ ਜਾਂਦਾ ਹੈ ਕਿ ਖਾਤੇ ਵਿੱਚੋਂ ਇੰਨੇ ਪੈਸੇ ਨਿਕਲ ਗਏ ਨੇ ਤੇ ਤੁਹਾਡੇ ਖਾਤੇ ਵਿੱਚ ਉਨੇ ਪੈਸਿਆਂ ਦੀ ਐਂਟਰੀ ਵੀ ਹੋ ਜਾਂਦੀ ਹੈ, ਪਰ ਤੁਹਾਡੇ ਹੱਥ ਖਾਲੀ ਹੀ ਹੁੰਦੇ ਨੇ। ਤੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਆਪਣੇ ਖਾਤੇ ਵਿੱਚੋਂ ਘੱਟ ਪੈਸੇ ਕਢਵਾਉਂਦੇ ਹੋ ਪਰ ਤੁਹਾਡੇ ਖਾਤੇ ਵਿੱਚੋਂ ਕਿਤੇ ਜ਼ਿਆਦਾ ਪੈਸੇ ਅਚਾਨਕ ਨਿਕਲ ਜਾਂਦੇ ਨੇ ਅਤੇ ਫਿਰ ਆਪਣਾ ਇਹੀ ਪੈਸਾ ਵਾਪਸ ਲੈਣ ਵਾਸਤੇ ਬੈਂਕਾਂ ਦੇ ਧੱਕੇ ਖਾਣੇ ਪੈਂਦੇ ਨੇ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਦੋਂ ਫਰੀਦਕੋਟ ਦੀ ਇੱਕ ਕੁੜੀ, ਜਿਸ ਦਾ ਖਾਤਾ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚ ਹੈ ਅਤੇ ਏਟੀਐਮ ਤੋਂ ਹੀ ਗਲਤੀ ਦੇ ਨਾਲ ਉਸਦੇ ਖਾਤੇ ਦੇ ਵਿੱਚੋਂ 16,000 ਰੁਪਏ ਅਚਾਨਕ ਨਿਕਲ ਗਏ, ਜਾਂ ਤੁਸੀਂ ਕਹਿ ਸਕਦੇ ਹੋ ਗਾਇਬ ਹੋ ਗਏ, ਕਿਉਂਕਿ ਇਸ ਕੁੜੀ ਵੱਲੋਂ ਖਾਤੇ ਦੇ ਵਿੱਚੋਂ ਪੈਸਾ ਕਢਵਾਇਆ ਹੀ ਨਹੀਂ ਗਿਆ ਸੀ। ਹੁਣ ਇਸ ਕੁੜੀ ਨੂੰ ਆਪਣੇ 16,000 ਰੁਪਏ ਵਾਪਸ ਲੈਣ ਦੇ ਲਈ ਅਤੇ ਇਹ ਜਾਣਨ ਵਾਸਤੇ ਕਿ ਆਖਿਰ ਇਹ ਪੈਸੇ ਕਢਵਾਏ ਕਿਸਨੇ ਨੇ, ਪਿਛਲੇ 1 ਮਹੀਨੇ ਤੋਂ ਬੈਂਕ ਦੇ ਧੱਕੇ ਖਾਣੇ ਪੈ ਰਹੇ ਨੇ। ਮੇਨ ਬ੍ਰਾਂਚ 'ਚ 1 ਮਹੀਨੇ ਤੋਂ ਧੱਕੇ ਖਾਣ ਦੇ ਬਾਵਜੂਦ ਵੀ ਕੁੜੀ ਨੂੰ ਕੋਈ ਵੀ ਤਸੱਲੀ ਬਖਸ਼ ਜਵਾਬ ਬੈਂਕ ਦੇ ਅਧਿਕਾਰੀਆਂ ਵੱਲੋਂ ਨਹੀਂ ਦਿੱਤਾ ਜਾ ਰਿਹਾ, ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਬੈਂਕ ਦੇ ਕੰਮ ਦੇ ਵਿੱਚ ਵੀ ਕਾਣ ਜਾਪਦੀ ਹੈ। ਸਟੇਟ ਬੈਂਕ ਵਿੱਚ ਖਾਤਾ ਰੱਖਣ ਵਾਲੀ ਇਸ ਕੁੜੀ ਨੇ ਦੱਸਿਆ ਕਿ ਉਸ ਦਾ ਖਾਤਾ ਜੈਨ ਸਕੂਲ ਦੀ ਬ੍ਰਾਂਚ ਵਿੱਚ ਹੈ ਅਤੇ 25 ਜੂਨ ਨੂੰ ਉਸ ਨੂੰ 2,000 ਰੁਪਏ ਦੀ ਜ਼ਰੂਰਤ ਸੀ, ਜਿਸ ਨੂੰ ਲੈ ਕੇ ਉਹ ਕਮਿਆਣਾ ਚੌਂਕ ਦੇ ਏਟੀਐਮ ਦੇ ਵਿੱਚ ਪੈਸੇ ਕਢਵਾਉਣ ਵਾਸਤੇ ਗਈ। ਪਰ ਜਦੋਂ ਸਟੇਟ ਬੈਂਕ ਦੇ ਏਟੀਐਮ ਦੇ ਵਿੱਚੋਂ ਪੈਸੇ ਨਹੀਂ ਨਿਕਲੇ ਤਾਂ ਉਸ ਦੇ ਸਾਹਮਣੇ ਹੀ ਬਣੇ ਹੋਏ ਐਕਸਿਸ ਬੈਂਕ ਦੇ ਏਟੀਐਮ ਦੇ ਵਿੱਚੋਂ ਉਸਨੇ 2,000 ਰੁਪਏ ਕਢਵਾਏ। ਪਰ ਥੋੜੀ ਦੇਰ ਬਾਅਦ ਉਸ ਨੂੰ ਮੈਸੇਜ ਆਇਆ ਕਿ ਉਸਦੇ ਖਾਤੇ ਦੇ ਵਿੱਚੋਂ 16,000 ਰੁਪਏ ਨਿਕਲ ਚੁੱਕੇ ਹਨ ਅਤੇ ਪੜਤਾਲ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਹ ਪੈਸਾ SBI ਦੇ ਉਸੇ ਏਟੀਐਮ ਦੇ ਵਿੱਚੋਂ ਗਾਇਬ ਹੋਇਆ ਹੈ, ਨਿਕਲਿਆ ਹੈ, ਜਿਸ ਚੋਂ ਪਹਿਲਾਂ 2,000 ਰੁਪਏ ਨਹੀਂ ਸੀ ਨਿਕਲੇ। ਇਸ ਤੋਂ ਬਾਅਦ ਤੁਰੰਤ ਇਸ ਕੁੜੀ ਨੇ ਬੈਂਕ ਦੇ ਟੋਲ ਫ੍ਰੀ ਨੰਬਰ ਦੇ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਅਤੇ ਅਗਲੇ ਦਿਨ ਜਦੋਂ ਇਸੇ ਬਾਬਤ ਗੱਲ ਕਰਨ ਵਾਸਤੇ ਕੁੜੀ ਆਪ ਬੈਂਕ ਦੀ ਬ੍ਰਾਂਚ ਵਿੱਚ ਪਹੁੰਚੀ ਤਾਂ ਬੈਂਕ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਕਈ ਵਾਰ ਗਲਤੀ ਨਾਲ ਏਟੀਐਮ ਅਮਾਊਂਟ ਜੰਪ ਕਰ ਦਿੰਦਾ ਹੈ, ਜਿਸ ਦੀ ਸ਼ਿਕਾਇਤ ਉਹ ਲਿਖਤੀ ਰੂਪ ਦੇ ਵਿੱਚ ਮੇਨ ਬ੍ਰਾਂਚ ਵਿੱਚ ਕਰ ਸਕਦੇ ਨੇ। ਉਸ ਤੋਂ ਬਾਅਦ ਜਲਦ ਹੀ ਪੈਸਾ ਉਹਨਾਂ ਦੇ ਖਾਤੇ ਦੇ ਵਿੱਚ ਮੁੜ ਟ੍ਰਾਂਸਫਰ ਕਰ ਦਿੱਤਾ ਜਾਵੇਗਾ। ਇਸ ਪੀੜਤ ਕੁੜੀ ਦੇ ਵੱਲੋਂ ਮੇਨ ਬ੍ਰਾਂਚ ਦੇ ਵਿੱਚ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ, ਪਰ ਉੱਥੇ ਦੇ ਅਧਿਕਾਰੀਆਂ ਵੱਲੋਂ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਅਤੇ ਬਹਾਨਾਬਾਜ਼ੀ ਕਰਦੇ ਹੋਏ ਕਿਹਾ ਗਿਆ ਕਿ ਏਟੀਐਮ ਦੀ ਦੇਖਰੇਖ ਇੱਕ ਨਿੱਜੀ ਕੰਪਨੀ ਕਰ ਰਹੀ ਹੈ ਅਤੇ ਉਸ ਨਿੱਜੀ ਕੰਪਨੀ ਕੋਲੋਂ CCTV ਫੁਟੇਜ ਦੀ ਮੰਗ ਕੀਤੀ
ਕੀਤੀ ਗਈ ਹੈ ਅਤੇ ਉਹ ਫੁਟੇਜ ਮੰਗਵਾਉਣ ਵਾਸਤੇ ਇਸ ਕੁੜੀ ਨੂੰ ਅਲੱਗ ਤੋਂ ਫੀਸ ਦੇਣੀ ਪਵੇਗੀ, ਜਿਸ ਵਾਸਤੇ ਇਸ ਕੁੜੀ ਨੇ ਹਾਮੀ ਵੀ ਭਰ ਦਿੱਤੀ। ਪਰ ਹੁਣ ਬੈਂਕ ਵਾਲਿਆਂ ਨੇ ਸੀਸੀਟੀਵੀ ਫੁਟੇਜ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਬਹਾਨਾ ਲਾਇਆ ਹੈ ਕਿ ਹਾਰਡਵੇਅਰ ਦੇ ਵਿੱਚ ਤਕਨੀਕੀ ਖਰਾਬੀ ਦੇ ਚਲਦਿਆਂ ਸੀਸੀਟੀਵੀ ਫੁਟੇਜ ਹਾਸਿਲ ਨਹੀਂ ਕੀਤਾ ਜਾ ਸਕਦਾ, ਜਿਸ ਤੋਂ ਬਾਅਦ ਬੈਂਕ ਦੀ ਲਾਰੇਬਾਜ਼ੀ ਤੋਂ ਤੰਗ ਆ ਕੁੜੀ ਨੇ ਮੀਡੀਆ ਦੇ ਸਾਹਮਣੇ ਬੈਂਕ ਦਾ ਅਸਲ ਹਾਲ ਬਿਆਨ ਕੀਤਾ ਕਿ ਕਿੱਦਾਂ ਇੱਕ ਮਹੀਨੇ ਤੋਂ ਲਗਾਤਾਰ ਇਸ ਨੂੰ ਬੈਂਕ ਵਾਲਿਆਂ ਵੱਲੋਂ ਚੱਕਰ ਲਗਵਾਏ ਜਾ ਰਹੇ ਨੇ ਅਤੇ ਕਿਸੇ ਵੱਲੋਂ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਬੈਂਕ ਆਪ ਅਜਿਹੇ ਫਰਾਡ ਕਰ ਰਿਹਾ ਹੈ ਜਾਂ ਜਿਸ ਕੰਪਨੀ ਨੂੰ ਬੈਂਕ ਵੱਲੋਂ ਏਟੀਐਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਕੰਪਨੀ ਦੇ ਮੁਲਾਜ਼ਮ ਹੀ ਬੈਂਕ ਧਾਰਕਾਂ ਨੂੰ ਚੂਨਾ ਲਗਾ ਰਹੇ ਨੇ, ਕਿਉਂਕਿ ਜਦੋਂ ਪੈਸਾ ਕਢਵਾਉਣ ਵਾਸਤੇ ਉਹ ਏਟੀਐਮ 'ਚ ਜਾਂਦੇ ਨੇ ਉਦੋਂ ਏਟੀਐਮ ਦੇ ਵਿੱਚੋਂ ਕੈਸ਼ ਨਹੀਂ ਨਿਕਲਦਾ, ਪਰ ਕੁਝ ਹੀ ਸਮੇਂ ਬਾਅਦ ਉਸ ਏਟੀਐਮ ਦੇ ਵਿੱਚੋਂ ਹਜ਼ਾਰਾਂ ਰੁਪਏ ਅਚਾਨਕ ਗਾਇਬ ਹੋ ਜਾਂਦੇ ਨੇ ਖਾਤਾ ਧਾਰਕ ਦੇ ਖਾਤੇ ਵਿੱਚੋਂ। ਤੇ ਇਸ ਦੁਖਿਆਰੀ ਕੁੜੀ ਨੇ ਗੁਹਾਰ ਲਗਾਈ ਕਿ ਉਸ ਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਇਸ ਲਈ ਜਲਦ ਤੋਂ ਜਲਦ ਇਸ ਮਾਮਲੇ ਦਾ ਹੱਲ ਕੀਤਾ ਜਾਵੇ ਅਤੇ ਉਸ ਦੇ ਖਾਤੇ ਦੇ ਵਿੱਚ ਪੈਸੇ ਵਾਪਸ ਕਰਵਾਏ ਜਾਣ। SBI ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਮੇਰਾ ਖਾਤਾ ਹੈ KNG ਵਿੱਚ, ਅਤੇ ਮੈਂ 25 ਜੂਨ ਨੂੰ ਆਪਦੀ ਟ੍ਰਾਂਜੈਕਸ਼ਨ ਕਰਨ ਗਈ ਸੀਗੀ, ਨਾਲ ਆਪਦੇ ਆਫਿਸ ਦੇ ਮੁੰਡੇ ਨੂੰ ਲੈ ਕੇ ਗਈ ਸੀਗੀ ਕਿਉਂਕਿ ਉੱਥੇ ਕਾਫੀ ਬੋਇਜ਼ ਖੜ੍ਹੇ ਹੋਏ ਸੀਗੇ, ਅਤੇ ਮੈਂ ਟ੍ਰਾਂਜੈਕਸ਼ਨ ਕਰਨ ਲੱਗੀ ਸੀਗੀ ਅਤੇ ਉਹ ਫੇਲ ਹੋ ਗਈ। ਮੈਨੂੰ ਚਾਹੀਦਾ ਸੀ 2000 ਰੁਪਈਆ ਅਤੇ ਉਹ ਕੰਬਿਆਣਾ ਗੇਟ ਤੋਂ। ਹਾਂਜੀ, ਸਟੇਟ ਬੈਂਕ ਆਫ ਇੰਡੀਆ ਦਾ ਹੀ ਹੈ ਇਹ, ਅਤੇ ਮੈਂ ਅਕਸਰ ਇੱਥੋਂ ਹੀ ਕਰਵਾਉਂਦੀ ਹੈਗੀ ਹਾਂ। ਅਤੇ ਉਸ ਤੋਂ ਬਾਅਦ ਅਸੀਂ ਟ੍ਰਾਂਜੈਕਸ਼ਨ ਉਹ ਹੋਈ ਨਹੀਂ ਗੀ, ਫੇਲ ਹੋ ਗਈ, ਤਾਂ ਉਹਦੇ ਸਾਹਮਣੇ ਹੀ ਐਕਸਿਸ ਬੈਂਕ ਦਾ ਏਟੀਐਮ ਆ, ਅਸੀਂ ਉੱਥੇ ਗਏ ਸੀ ਅਤੇ ਉੱਥੋਂ 2000 ਦੀ ਟ੍ਰਾਂਜੈਕਸ਼ਨ ਹੋ ਗਈ, ਉਹ ਅਸੀਂ ਲੈ ਕੇ ਵਾਪਸ ਆ ਗਏ ਹਾਂ। ਅਤੇ ਉਸ ਤੋਂ ਬਾਅਦ ਮੈਨੂੰ ਮੈਸੇਜ ਆ ਗਿਆ ਵੀ 16000 ਦੀ ਟ੍ਰਾਂਜੈਕਸ਼ਨ ਹੋ ਗਈ ਆ, ਤਕਰੀਬਨ 3-4 ਮਿੰਟ ਬਾਅਦ। ਅਤੇ ਉਸ ਤੋਂ ਬਾਅਦ ਮੈਂ ਆਫਿਸ ਦੇ ਵਿੱਚ ਅਸੀਂ ਕੰਪਲੇਂਟ ਕੀਤੀ, ਉਸ ਤੋਂ ਪਤਾ ਨਹੀਂ ਲੱਗਿਆ ਸਾਨੂੰ। ਉਸ ਤੋਂ ਬਾਅਦ ਅਸੀਂ ਰਾਤ ਨੂੰ 8:19 'ਤੇ ਕੰਪਲੇਂਟ ਕੀਤੀ ਹੈ। 2000 ਜਦੋਂ ਕਢਵਾਏ ਉਸ ਤੋਂ ਬਾਅਦ ਤੁਹਾਨੂੰ ਇੱਕ ਨਵਾਂ ਮੈਸੇਜ ਆਇਆ ਸੀਗਾ? ਹਾਂਜੀ ਹਾਂਜੀ, ਨਵਾਂ ਮੈਸੇਜ ਕਿੰਨੀ ਅਮਾਉਂਟ ਦਾ ਤੁਹਾਨੂੰ? 16000 ਦਾ। ਤੁਸੀਂ 16000 ਆਪਦੇ ਵੱਲੋਂ ਭਰੀ ਸੀ ਕੋਈ ਰਕਮ ਪਹਿਲਾਂ ਜਾਂ? ਨਹੀਂ ਸਰ, ਅਸੀਂ ਕੋਈ ਨਹੀਂ ਭਰੀ ਸੀਗੀ ਰਕਮ। ਅੱਛਾ, ਤੇ ਤੁਹਾਨੂੰ ਮਤਲਬ ਮੈਸੇਜ ਆਇਆ ਵੀ 16000 ਰੁਪਇਆ ਤੁਹਾਡੇ ਖਾਤੇ 'ਚ? ਹਾਂਜੀ ਹਾਂਜੀ। ਅੱਛਾ, ਉਸ ਤੋਂ ਬਾਅਦ ਫਿਰ ਕਿੱਦਾਂ? ਉਸ ਤੋਂ ਬਾਅਦ ਅਸੀਂ ਔਨਲਾਈਨ ਕੰਪਲੇਂਟ ਕੀਤੀ ਹੈ ਅਤੇ ਉਹਨਾਂ ਨੇ ਸਾਨੂੰ ਕੰਪਲੇਂਟ ਨੰਬਰ ਵੀ ਦਿੱਤਾ ਸੀਗਾ, ਉਹ ਕੰਪਲੇਂਟ ਨੰਬਰ ਹੈਗਾ ਆ 5639475769। ਅਤੇ ਅਸੀਂ ਉਸ ਤੋਂ ਬਾਅਦ ਅਗਲੇ ਦਿਨ ਅਸੀਂ ਬ੍ਰਾਂਚ ਵਿੱਚ ਗਏ ਹਾਂ KNG ਵਿੱਚ, ਉਹ ਕਹਿੰਦੇ ਕਿ ਇਹ ਜਿਹੜੀ ਕੰਪਲੇਂਟ ਆ ਤੁਹਾਡੀ ਮੇਨ ਬ੍ਰਾਂਚ ਦੇ ਵਿੱਚ ਹੋਏਗੀ। ਅਸੀਂ ਮੇਨ ਬ੍ਰਾਂਚ ਵਿੱਚ ਗਏ, ਉਹ ਕਹਿੰਦੇ FIR ਦਰਜ ਕਰਵਾਓ, ਫਿਰ ਅਸੀਂ ਸਾਰਾ ਕੁਛ ਮਤਲਬ ਤੁਹਾਡਾ ਪ੍ਰੋਸੈਸ ਸ਼ੁਰੂ ਕਰਾਂਗੇ। ਅਤੇ ਅਸੀਂ FIR ਕਰਵਾ ਦਿੱਤੀ ਅਤੇ ਇਕਬਾਲ ASI ਆ ਉਹਨਾਂ ਕੋਲ ਕਰਵਾ ਦਿੱਤੀ ਸੀਗੀ, ਮਾਰਕ ਕਰਵਾ ਦਿੱਤੀ ਸੀ। ਉਸ ਤੋਂ ਬਾਅਦ ਸਾਨੂੰ ਕਹਿੰਦੇ ਕਿ ਵੇਟ ਕਰੋ, ਅਤੇ ਅਸੀਂ ਵੇਟ ਕਰ ਲਈ, ਚਲੋ ਠੀਕ ਹੈ ਵੀ ਵੇਟ ਕਰ ਲੈਣਗੇ ਇਹ ਸਾਰਾ ਕੁਛ। ਅਸੀਂ ਉਹਨਾਂ ਨੂੰ ਸ਼ਿਕਾਇਤ ਦਰਜ ਕਰਵਾਈ ਸੀਗੀ ਕਿ ਸਾਡੀ ਜਿਹੜੀ ਹੈਗੀ ਪੇਮੈਂਟ ਆ ਉਹ ਕਿਸ ਤਰ੍ਹਾਂ ਬਾਹਰ ਨਿਕਲੀ ਹੈਗੀ ਹੈ ਅਤੇ ਸਾਨੂੰ ਇਹ ਵਾਪਸ ਕਰੋ। ਅਤੇ ਮੈਨੇਜਰ ਨੇ ਮੈਨੂੰ, ਗੁਪਤਾ ਜੀ ਨੇ ਕਿਹਾ ਕਿ ਇਹ ਤੁਹਾਡੀ ਟ੍ਰਾਂਜੈਕਸ਼ਨ ਬਾਈ ਮਿਸਟੇਕ ਹੋਈ ਹੈ, ਜੰਪ ਹੋ ਗਈ ਹੈ ATM ਤੋਂ, ਅਤੇ ਤੁਹਾਨੂੰ ਵਾਪਸ ਮਿਲ ਜੂਗੀ। ਬਟ ਇਹਦੇ ਬਾਵਜੂਦ ਵੀ ਮੈਨੂੰ ਕੋਈ ਇਹਨਾਂ ਵੱਲੋਂ ਰਿਸਪੋਂਸ ਨਹੀਂ ਆਇਆ ਅਤੇ ਮੈਂ ਬਹੁਤ ਜ਼ਿਆਦਾ ਗੇੜੇ ਕੱਢਦੀ ਰਹੀ ਹਾਂ, ਮੈਂ ਆਪਣੇ ਬ੍ਰਦਰ ਨੂੰ ਨਾਲ ਲੈ ਕੇ ਜਾਂਦੀ ਰਹੀ ਹਾਂ, ਪਰ ਇਹਨਾਂ ਨੇ ਮੇਰੀ ਕੋਈ ਵੀ ਸੁਣਵਾਈ ਨਹੀਂ ਕੀਤੀ। ਕਹਿੰਦੇ ਕਿ ਹਜੇ ਵੇਟ ਕਰੋ, ਵੇਟ ਕਰੋ, ਵੇਟ ਕਰੋ। ਹਾਂਜੀ ਹਾਂਜੀ, ਉਹਦੀ ਹੀ ਕੰਪਲੇਂਟ ਕੀਤੀ ਸੀ FIR ਦੇ ਵਿੱਚ, ਸਾਡੇ ਕੋਲ ਰਿਟਰਨ 'ਚ ਸਾਰਾ ਕੁਛ ਹੈਗਾ ਆ। ਅਤੇ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਫੀਸ ਲੱਗੂਗੀ ਤੁਹਾਡੀ ਐਕਸਟਰਾ ਇਸ ਚੀਜ਼ ਲਈ, ਫੁਟੇਜ ਲਈ। ਅਤੇ ਇਹਨਾਂ ਨੇ ਸਾਡੇ ਤੋਂ ਕੈਸ਼ ਦੀ ਮੰਗ ਕੀਤੀ ਸੀ, ਅਤੇ ਮੈਂ ਕਿਹਾ ਨਹੀਂ ਤੁਸੀਂ ਮੇਰੇ ਖਾਤੇ ਦੇ ਵਿੱਚੋਂ ਹੀ ਕੱਟ ਕਰ ਲਿਓ। ਉਹ ਕਹਿੰਦੇ ਚਲੋ ਠੀਕ ਹੈ ਕੋਈ ਗੱਲ ਨਹੀਂ, ਤੁਹਾਡੀ ਖਾਤੇ ਦੇ ਵਿੱਚੋਂ ਹੀ ਕੱਟ ਕਰ ਲਵਾਂਗੇ। ਬਟ ਇਸ ਦੇ ਬਾਵਜੂਦ ਵੀ ਇਹਨਾਂ ਨੇ ਸਾਨੂੰ ਕੋਈ ਵੀ ਰਿਸਪੋਂਸ ਨਹੀਂ ਦਿੱਤਾ ਅਤੇ ਬਾਰ ਬਾਰ ਗੇੜੇ ਕਢਾ ਰਹੇ ਆ।
ਤੇ ਹਰਾਸਮੈਂਟ ਕਰ ਰਿਹਾ ਇਹ ਮੈਨੂੰ। ਪਰ ਇਹ ਜਿਹੜੀ ਮਤਲਬ ਟ੍ਰਾਂਜੈਕਸ਼ਨ ਸਾਰੀ ਇੱਕ ਇੱਕ ਵਨ ਟਾਈਮ ਦੀ ਹੈ ਸਰ? ਹਾਂਜੀ ਹਾਂਜੀ ਵਨ ਟਾਈਮ ਦੀ ਹੈ ਸਰ, ਇਹਦਾ ਮੇਰੇ ਕੋਲ ਸਾਰਾ ਪ੍ਰੂਫ ਵੀ ਹੈਗਾ, ਈਮੇਲ ਵੀ ਹੈਗੀ ਆ, ਮੇਰਾ SMS ਵੀ ਹੈਗਾ ਮੇਰੇ ਕੋਲ ਇਹਦਾ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਸਰ ਮੈਂ ਇਹ ਮੰਗ ਕਰਦੀ ਹਾਂ ਕਿ ਸਰਕਾਰੀ ਬੈਂਕਾਂ ਦੇ ਵਿੱਚ ਜੇ ਇਹੀ ਹਾਲ ਰਿਹਾ ਤਾਂ ਫਿਰ ਲੋਕ ਪ੍ਰਾਈਵੇਟ ਬੈਂਕਾਂ ਨੂੰ ਹੀ ਮੂਵ ਕਰਨਗੇ। ਕਿੰਨਾ ਦੇਰ ਹੋ ਗਈ ਤੁਹਾਨੂੰ ਲਗਾਤਾਰ ਜਿਹੜੇ? ਸਰ ਮਹੀਨੇ ਤੋਂ ਉੱਪਰ ਹੋ ਗਿਆ ਅੱਜ ਮੈਨੂੰ, ਪਰ ਮੇਰੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ। ਜਦੋਂ ਵੀ ਮੈਂ ਜਾਂਦੀ ਹਾਂ ਹਰ ਵਾਰ ਇਹਨਾਂ ਦੀ ਸਟੇਟਮੈਂਟ ਚੇਂਜ ਹੁੰਦੀ ਹੈ। ਜਦੋਂ ਇਸ ਸਾਰੇ ਮਾਮਲੇ ਦੇ ਬਾਬਤ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਦੇ ਮੈਨੇਜਰ ਸੁਸ਼ੀਲ ਕੁਮਾਰ ਜਿੰਦਲ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ, ਪਰ ਗੱਲਾਂ ਗੱਲਾਂ ਵਿੱਚ ਇਹ ਜ਼ਰੂਰ ਮੰਨਿਆ ਕਿ ATM ਦਾ ਜ਼ਿੰਮਾ ਕਿਸੇ ਨਿੱਜੀ ਕੰਪਨੀ ਦੇ ਹੱਥ ਵਿੱਚ ਹੈ, ਜਿਸ ਕੰਪਨੀ ਤੋਂ ਉਹਨਾਂ ਨੇ CCTV ਫੁਟੇਜ ਦੀ ਮੰਗ ਕੀਤੀ ਸੀ। ਪਰ ਉਸ ਨਿੱਜੀ ਕੰਪਨੀ ਦਾ ਜਵਾਬ ਆਇਆ ਹੈ ਕਿ ਹਾਰਡਵੇਅਰ ਦੀ ਤਕਨੀਕੀ ਖਰਾਬੀ ਦੇ ਚੱਲਦਿਆਂ ਉਹ ਉਸ ਸਮੇਂ ਦੀ CCTV ਫੁਟੇਜ ਨਹੀਂ ਉਪਲਬਧ ਕਰਵਾ ਸਕਦੇ। ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰ ਪੈਸੇ ਕਿੱਦਾਂ ਨਿਕਲੇ ਜਾਂ ਕਿਸਨੇ ਕਢਵਾਏ, ਉਸ ਦੀ ਜਲਦ ਤੋਂ ਜਲਦ ਪੂਰੀ ਪੜਤਾਲ ਹੋਵੇ ਤੇ ਕਾਰਨਾਂ ਦਾ ਪਤਾ ਚੱਲ ਸਕੇ ਅਤੇ ਉਹਨਾਂ ਦੇ ਗਾਹਕ ਨੂੰ ਇਨਸਾਫ ਮਿਲ ਸਕੇ। ਪਰ ਸਭ ਤੋਂ ਵੱਡਾ ਸਵਾਲ, ਇੱਕ ATM ਦੇ ਵਿੱਚੋਂ ਪੈਸਾ ਅਗਰ ਗਾਇਬ ਹੋ ਜਾਂਦਾ ਹੈ ਖਾਤਾ ਧਾਰਕ ਦਾ ਤਾਂ ਜ਼ਿੰਮੇਵਾਰ ਕੌਣ ਹੈ? ਜੇਕਰ ਖਾਤਾ ਧਾਰਕ ਨੇ ਆਪ ਪੈਸਾ ਨਹੀਂ ਕਢਵਾਇਆ ਅਤੇ 24 ਘੰਟੇ ਚੱਲਣ ਵਾਲੇ ATM ਦਾ CCTV ਸਿਰਫ ਉਸ ਵੇਲੇ ਖਰਾਬ ਹੁੰਦਾ ਹੈ ਜਦੋਂ ਖਾਤਾ ਧਾਰਕ ਦੇ ਖਾਤੇ ਦੇ ਵਿੱਚੋਂ ਪੈਸੇ ਗਾਇਬ ਹੁੰਦੇ ਨੇ, ਤਾਂ ਕਿਤੇ ਨਾ ਕਿਤੇ ਉਸ ਕੰਪਨੀ ਦੇ ਉੱਤੇ ਵੀ ਸ਼ੱਕ ਦੀ ਸੂਈ ਜਾਂਦੀ ਹੈ ਜਿਸ ਨੂੰ ATM ਦਾ ਠੇਕਾ ਦਿੱਤਾ ਗਿਆ ਹੈ, ਕਿਉਂਕਿ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਅਜਿਹਾ ਮੁਲਾਜ਼ਮ ਜ਼ਰੂਰ ਹੈ ਜੋ ਭੋਲੇ ਭਾਲੇ ਖਾਤਾ ਧਾਰਕਾਂ ਨੂੰ ਚੂਨਾ ਲਗਾ ਰਿਹਾ ਹੈ, ਬੇਸ਼ੱਕ ਉਹ ਬੈਂਕ ਦੇ ਅੰਦਰ ਬੈਠਿਆ ਹੋਵੇ ਜਾਂ ਬਾਹਰ, ਪਰ ਹੈ ਕਿਤੇ ਨਾ ਕਿਤੇ ਬੈਂਕ ਦੀ ਹੀ ਕੜੀ ਦੇ ਵਿੱਚ ਜੁੜਿਆ ਹੋਇਆ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਕੁੜੀ ਨੂੰ ਇਨਸਾਫ ਮਿਲਦਾ ਹੈ, ਇਸ ਦੇ ਪੈਸੇ ਵਾਪਸ ਮਿਲਦੇ ਨੇ ਜਾਂ ਨਹੀਂ ਮਿਲਦੇ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਫਰੀਦਕੋਟ ਤੋਂ ਨਰੇਸ਼ ਸੇਠੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।